वाहेगुरु जी का खालसा श्री वाहेगुरु जी की फतेह। हाँ जी, मैं हरकीत कौर अपने चैनल पे स्वागत है। बहुत बुरा हाल है जी, नेरी हैगी तुहानू दिखाउणा नेरी दा हाल। हजे रसोई भी साफ करनी है, हजे बस ना मैं ही देखी जानी नेरी करनी। आटा उटा गुन्न लिया तो चौला ही ला ली। भांडे वेले करे ने दुध कई भांड्या च पिया सीगा। मैं हूं भांडे मांजूंगी, भांडे साफ हो जाएंगे। चाह पियो वे, आ देख लो पीला पाके, आ देख लो बेड़े का हाल देख। वो चुल्ले कन्नी, वो भांडे टूटी कन्नी, थलो दिखा दे हाल पत्तियां दा। कौन तेरू मांजा मारिया केरा ते मैं दो बठल चक के सीती आई। ਬਾਹਰ ਚ ਮੈਂ ਜਿਹੜਾ ਬੱਠਲ ਭਰ ਕੇ ਲਈ ਤੇ ਬਾਹਰ ਚ ਐਂ ਲੱਗਦਾ ਬਾਹਰ ਸੰਭਰੀ ਨਹੀਂ ਹੈਗਾ। ਇੱਥੋਂ ਮੈਂ ਬੱਠਲ ਭਰ ਕੇ ਚੱਕਿਆ, ਉੱਥੋਂ ਚੱਕਿਆ, ਹੋ ਕੁੰਜੇ ਚੋਂ ਚੱਕਿਆ। ਮੈਂ ਕੀ ਕਰਾਂ ਫਿਰ ਜਦੋਂ ਹੁਣ ਹਨੇਰੀ ਹੈਗੀ ਟੋਕਰਾ ਭਾਂਡਿਆ। ਲੋਈ ਜਿਹੜਾ ਟਾਈਮ ਆ ਦੁਪਹਿਰ ਦਾ ਹੈਗਾ, ਡੇਢ ਵੱਜ ਗਿਆ ਤੇ ਚਾਹ ਧਰੀ ਪਈ ਹੈ ਮੇਰੀ। ਉੱਧਰ ਗੁਰਮਨ ਸਕੂਲੋਂ ਆ ਗਈ ਹੈ ਪੇਪਰ ਕਰਕੇ। ਸਬਜ਼ੀ ਚੀਰੀਏ ਥੋੜ੍ਹੀ ਜਿਹੀ ਬਣਾਵਾਂਗੇ। ਸਬਜ਼ੀ ਪਈ ਹੈ, ਗਾਜਰਾਂ ਸਵੇਰੇ ਬਣਾ ਲਾਂਗੇ, ਮੈਂ ਚੀਰ ਕੇ ਰੱਖ ਦਿੱਤੀ ਹੈ। ਅਤੇ ਨਾ ਚਟਣੀ ਬਣਾਵਾਂਗੇ, ਚਟਣੀ ਬਿਨਾਂ ਨਹੀਂ ਸਰਦਾ। ਅਦਰਕ ਅਤੇ ਹਰੀ ਮਿਰਚ ਧਨੀਆ ਚਟਣੀ ਬਣਾਵਾਂਗੇ। ਪਿਆਜ਼ ਚੀਰੀ ਜਾਂਦੀ ਇਹਨੇ ਚਾਹ ਰਿੱਝੂ। ਅੱਜ ਲਾਈਟ ਨਹੀਂ ਹੈਗੀ, ਹਵਾ ਵਾਹਲੀ ਚੱਲਦੀ ਹੈ। ਮੈਂ ਤਾਂ ਚਾਰ ਪੰਜ ਵਾਰੀ ਝਾੜੂ ਲਾਤਾ ਪੱਤੇ। ਹੋ ਉੱਧਰ ਤਾਂ ਹਾਰੇ ਕੋਲ ਖੁੰਜੇ ਹੋ ਗਏ, ਉੱਧਰੋਂ ਭਾਂਡੇ ਟੂਟੀ ਕੋਲ ਇਕੱਠੇ ਹੋ ਗਏ। ਸਰਦਾਰ ਜੀ ਲੜਦੇ ਨੇ, ਬੁਰੇ ਹਾਲ ਕਰਦੇ ਨੇ, ਕਹਿੰਦੇ ਪੱਤੇ ਇੰਨੇ ਨੇ। ਮੈਂ ਹੁਣ ਅੰਦਰ ਪਏ ਨੇ ਕੰਬਲ ਲਈ, ਠੰਡ ਆ, ਹਵਾ ਵਿਚਰੀ ਲੰਘਦੀ ਹੈ। ਪਰ ਨਾ ਮੈਨੂੰ ਐਂ ਜਿਹਾ ਹੈਗਾ ਵੀ ਧੁੱਪ ਸੇਕਾਂ, ਧੁੱਪ 'ਚ ਸੇਕ ਜਿੱਦਾਂ ਲੱਗਦਾ, ਪਰ ਹਵਾ ਬਹੁਤ ਜ਼ਿਆਦਾ। ਪਹਿਲਾਂ ਵੀ ਮੈਂ ਵੀ ਅੰਦਰ ਸੀਗੀ, ਕਿਉਂਕਿ ਫਿਰ ਤੁਹਾਨੂੰ ਪਤਾ ਹੈਗਾ ਭੈਣਾਂ ਦੇ ਕੰਮ ਸਾਰਾ ਦਿਨ ਨਹੀਂ ਮੁੱਕਦੇ ਹੈ ਨਾ। ਹੁਣ ਬੰਦੇ ਤਾਂ ਖੇਤੀ 'ਚ ਰੇਹ ਤੇਲ ਕਰਕੇ ਵਿਹਲੇ ਨੇਗੇ। ਹਜੇ ਕੱਖ ਕੰਡਾ ਪਿਆ ਮੇਰੇ ਪਾਉਣ ਵਾਲਾ, ਪਤਾ ਨਹੀਂ ਕਿਵੇਂ ਪਾਓ, ਪਤਾ ਨਹੀਂ ਨਾ ਪਾਓ ਸਰਦਾਰ ਜੀ। ਅਤੇ ਕੱਲ੍ਹ ਨੂੰ ਹੈਗਾ ਜੀ ਸਾਡੇ ਘਰਾਂ 'ਚ ਅਖੰਡ ਪਾਠ ਸਾਹਿਬ ਜੀ ਛਕਿਆਂ ਦੇ, ਅਤੇ ਫਿਰ ਬੱਚੇ ਸਕੂਲ ਜਾਇਆ ਕਰਨਗੇ। ਉੱਤ ਸੁਖਮਨ ਹੋਰਾਂ ਨੇ ਪੇਪਰ ਨੇ ਥੋੜ੍ਹੀ ਜਿਹੀ ਸਬਜ਼ੀ ਤਾਂ ਕੱਟੀ ਹੈ, ਮੈਂ ਅਸੀਂ ਉਹਨਾਂ ਦੇ ਹੋਇਆ ਕਰਾਂਗੇ। ਇਹਨਾਂ ਨੂੰ ਸਬਜ਼ੀ ਤਿਆਰੀ ਕਰ ਦਿੱਤੀ ਹੈ, ਸੁਨੇਹਾ ਬਣਾ ਦੂੰ ਤੁਹਾਡੇ ਲਈ, ਚਟਣੀ ਰਗੜ ਲਾਂਗੇ। ਉੱਥੇ ਫਿਰ ਪ੍ਰੋਗਰਾਮ 'ਚ ਜੇ ਜਾਂਦੇ ਹਾਂ ਵੇਲੇ ਕੁ ਵੇਲੇ ਬਣਦੀ ਹੈ ਰੋਟੀ, ਟਾਈਮ ਨਾਲ ਆਪਦੀ ਖਾ ਕੇ ਗੋਲੀ ਬੂਟੀ ਦਵਾਈ ਬੂਟੀ ਲੈਤੀ ਜਾਂਦੀ ਹੈ। ਸਾਡੇ ਛਕਿਆਂ ਦੇ ਅਖੰਡ ਪਾਠ ਸਾਹਿਬ ਜੀ ਨੇ 20 ਤਰੀਕ ਨੂੰ ਪ੍ਰਗਾਸ ਹੋਣਗੇ, ਅੱਜ 19 ਹੈ। ਸਾਦਾ ਪਾ ਲਾਂਗੇ। ਗੁਰਮਨ ਜੀ ਚਾਹ ਰਿੱਝ ਗਈ, ਮੈਨੂੰ ਦੱਸ ਦੀ, ਮੈਂ ਦੁੱਧ ਪਾ ਲੂੰਗੀ। ਚਾਹ ਰਿੱਝ ਗਈ ਜਦੋਂ ਅੱਖਾਂ ਮਿਚੀ ਜਾਂਦੀਆਂ ਨੇ, ਐਂ ਲੱਗਦਾ ਮੂੰਹ 'ਚ ਲਵੇਟ ਕੇ ਪੈ ਜਾ, ਕੰਮ ਟਿਕਣ ਨਹੀਂ ਦਿੰਦੇ। ਇੱਕ ਪੱਤ ਖਾਨਾ ਮੈਂ 2-3 ਟੋਕਰ 'ਚ ਸਿੱਟੇ ਆਈ। ਗੁਰਮਨ ਕਹਿੰਦੀ ਮੰਮੀ ਬਾਹਰ 'ਚ ਟੋਕਰਾ ਭਰ ਜੂ ਪੱਤਿਆਂ ਨਾਲ। ਮੈਂ ਹੁਣ ਤੜਕੇ ਨੇਰੀ ਸੰਭਰਾਂਗੇ, ਬਾਹਰ ਬੂਹਰ ਦੇਖੀ ਜਾਓ। ਤੜਕੇ ਤਾਂ ਮੈਂ ਸੰਭਰ ਕੇ ਬੱਠਲ ਭਰ ਲਈ ਤੀ। ਜੇ ਹਵਾ ਘਟੇ ਕੱਪੜੇ ਸੁੱਕਣੇ ਪਾਵਾਂ, ਮਸ਼ੀਨ 'ਚ ਧੋਤੇ ਪਏ ਨੇ ਕੱਪੜੇ। ਮੈਂ ਉੱਤੇ ਗਿੱਲੇ ਕੱਪੜਾਂ 'ਚ ਰੇਤਾ ਜੰਮ ਜੂ ਜੇ ਬੰਦ ਹੋਵੇ ਹਵਾ। ਰਾਤ ਦੀ ਚੱਲੀ ਆ ਪੈਣ ਵੇਲੇ ਦੀ, ਜ਼ਮੀਨ ਹੀ ਖੜ੍ਹੀ ਹੈਗੀ ਨੇਰੀ। ਉਬਲ ਗਈ। ਚਲੋ ਜੀ, ਮੈਂ ਦੁੱਧ ਪਾ ਲਿਆ, ਮੈਂ ਚਾਹ ਪੀਨੇ ਆ, ਆਪਾਂ ਫਿਰ ਮਿਲਦੇ ਹਾਂ, ਠੀਕ ਹੈ।
लो जी आप धनिया की चटनी कुटते हैं। पहले तो प्याज ते अदरक कुटिया गा, हरी मिर्च कुटी हैगी, थोड़ी दो मिर्चा ही हरिया पाइया, थोड़ी जी लाल पा लाँगे आप। हूँ मैं इस धनिया चीर दियाँ, धो के लिया उधरों, हवा ने ना समान रखे, नेरी ने सारे कासे का रेता जेडे पत्ते चढ़े, पहले कई बार झाड़ू लाता तड़के रहा ते झाड़ू आ, हूँ जो हूँ हूँ नहीं मैं संभली, जो जमा हट गई नेरी उदो संभलूंगी। ਪੂੰਜਿਆਂ ਚੋ ਪਮੀਰੀਆਂ ਬਣ ਗਏ ਚੁੱਲ੍ਹੇ ਕੋਲ, ਤਿਹਾਰੇ ਕੋਲ ਦੇਖੋ ਤੁਸੀਂ ਕੀ ਹਾਲ ਹੋਇਆ। ਉਧਰ ਪਾਣੀ ਵਾਲੀ ਟੂਟੀ ਕੋਲ ਬਹੁਤ ਹੀ ਬੁਰਾ ਹਾਲ ਹੋਇਆ ਪਿਆ, ਹਜੇ ਚਾਲ ਹੀ ਰਹਿੰਦੇ ਨੇ ਭਾਂਡੇ ਮਾਂਜਣ ਵਾਲੇ ਰਹਿੰਦਾ ਖੂਹ ਦਾ, ਮੈਂ ਧਨੀਆ ਖੰਡ ਵਾਲਾ ਇੱਥੇ ਵੀ ਏਡਾ ਰੇਤਾ ਚੜਿਆ ਪਿਆ ਦੁਕਾਨ 'ਤੇ, ਹੁਣ ਮਾੜਾ ਜਿਹਾ ਕੱਪੜਾ ਮਾਰਿਆ ਗਾ। ਨੇਰੀਆਂ ਦੇ ਬਸ ਇਹੋ ਜਿਹੀ ਕੰਮ ਹੁਣ ਤਾਂ ਹੀ ਚੱਲਿਆ ਕਰਨਗੇ ਨੇਰੀਆਂ। ਸੁਖਮਣ ਗੁਰਮਣ ਇੱਧਰ ਇੱਕ ਕੌਲੀ ਦੇ ਧਨੀਆ ਜਾ ਰਹੇ ਲਾ ਦੋ, ਮੈਨੂੰ ਫਿਰ ਬਾਹਰ ਧਨੀਆ ਜਾ ਵੀ ਨਹੀਂ ਲੋਟ ਆਉਂਦਾ। ਸਬਜ਼ੀ 'ਚ ਪਾ ਲਾਂਗੇ ਤੜਕ ਸੁਨੇਹਾ ਬਣਾਉ ਸਬਜ਼ੀ, ਗੁਰਮਨ ਦਾ ਪੇਪਰ ਲੀਰ ਜੀ ਕੋਲ ਰੱਖ ਰੱਖੀ ਆ, ਬਿੰਦਕ ਬਾਹਰ ਰੇਤਾ ਆ ਜਾਂਦਾ, ਬਿੰਦਕ ਬਾਹਰ ਰੇਤਾ ਆ ਜਾਂਦਾ। ਧੋ ਕੇ ਗਰਾਇੰਡਰ ਪਏ ਦੇਖੋ ਪੱਤੇ ਟੂਟੀ ਕੋਲ ਘੁੰਮ ਘੁੰਮ ਕਿੰਨੇ ਆ ਗਏ, ਜੇਰਾਂ ਨਾਲ ਬੁਰਾ ਹਾਲ ਹੋ ਗਿਆ, ਡਿੱਗ ਡਿੱਗ ਹਵਾ ਨਾਲ ਕੱਚੇ ਪਿੱਲੇ ਅਸੀਂ ਚੜ ਗਏ, ਪੱਕੇ ਤਾਂ ਚੜ ਨਹੀਂ, ਚੜਨੇ ਸੀ ਕੱਚੇ ਵੀ ਚੜ ਗਏ। ਬਾਗੀ ਬਾਗੀ ਬੂਆ ਬਾਗੀ ਤੇ ਬੀਪਾ ਹੋਰੀ ਖਾ ਲੈਣਗੇ ਤੇਰਾ, ਆ ਤਾਂ ਬਾਹਲੀ ਪੱਕੇ ਪਏ ਨੇ, ਆ ਟਾਣੀ ਜੀ ਤਾਂ ਸਾਰੇ ਤੋੜਨ ਵਾਲੇ ਨੇ, ਸਾਰੇ ਖਰਾਬ ਹੋ ਜਾਣਗੇ। ਗੁਰਮਣ ਭਾਂਡਾ ਲਿਆਏਗੀ? ਖਰਾਬ ਹੋ ਜਾਣੀ ਹੁਣ, ਦੋ ਦਿਨ ਘਰੇ ਨੀ ਹੋਵਾਂਗੇ, ਜਾਨਵਰ ਵੀ ਖਾਲੀ ਕਰ ਦੇਣਗੇ।
ਡਿੱਗੇ ਨੇ ਹਵਾ ਲਾ ਜੀ ਲੋ ਜੀ ਇਹਨੇ ਤੋੜ ਦੇ ਬਿੰਦ ਸੀ ਹੋ ਡਿੱਗ ਪਿਆ ਛੋ ਗੁਰਮਣ ਹੁਣ ਤਾਰੇ ਗਈ 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 ਤਾ ਫੜੀਆਂ ਤਾਰੇ ਹੀ ਮੈਨੂੰ ਹੁਣ ਖੜ ਜਾ ਉਰੇ ਵੀ ਵਧੀਆ ਵਧੀਆ ਪਏ ਨੇ ਪਰ ਤੇ ਕੁੜ ਡਿੱਗੂਗੀ ਉਰੇ ਫੜੀਆਂ ਫੇਰ ਬੋਚ ਕੇ ਉੱਤਰ ਜਾ ਜੈਨੂ ਖਾਣ ਵੇਰ ਖੜ ਕੇ ਹੋਰ ਨਾ ਲੱਤ ਤੜਾ ਲਾ ਸਾਰੇ ਕੰਮ ਔਖੇ ਨਿਕਲਦਾ ਖਾਣਾ ਸੌਖਾ ਦਾ ਰੁੜਾ ਤੀ ਵੇਰ ਆ ਹੀ ਤੀ ਹੈ ਨਾ रुट जाने तोड़ने वे उदो नवी आ गई हूँ पे टुटते हूँ तल डिगा चक्कर पैन लग गए कह आके खा जा कर नवी ना बेर ਸਿਮਰਜੀਤ ਭੂਆ ਕੇ ਸਿਮਰਜੀਤ ਭੂਆ ਕੇ ਤੇ ਆ ਨਵੀ ਨੂੰ ਦੇ ਆਪਣਾ ਤੇਲ ਗਰਮ ਹੋ ਗਿਆ ਸਬਜ਼ੀ ਆਪਾਂ ਸਵੇਰੇ ਬਣਾਵਾਂਗੇ ਹੁਣ ਜੋਗਰੀ ਪਈ ਆ ਸਾਗ ਵੀ ਪਿਆ ਸਬਜ਼ੀ ਵੀ ਪਈ ਆ ਚਟਣੀ ਵੀ ਬਣਾਵਾਂਗੇ ਮਰੂਨ ਦਾ ਨਹੀਂ ਪਿਆ ਪਰ ਸੋਈ ਸੋਈ ਸਾਫ ਕਰੀ ਅੱਜ ਹੁਣ ਤਾਂ ਝਾੜੂ ਹੀ ਲਾਇਆ ਝਾੜੂ ਵੀ ਕੀ ਲਾਉਣਾ ਜਿਹੜਾ ਰੇਤਾ ਪੱਤੇ ਦੁਆਰੇ ਫਿਰ ਚੜ੍ਹ ਗਈ ਰਸੋਈ ਦਾ ਬਾਹਰ ਨਾ ਖੋਲੋ ਠੀਕ ਆ ਵੀਰਪਾਲ ਨੂੰ ਕਹਿ ਕੇ ਆ ਜੀ ਭਾਈ ਇੱਕ ਦੋ ਦਿਨਾਂ ਨੇ ਫਿਰ ਤੇਰਾ ਖਾਣੇ ਨੇ ਜੇ ਮੰਮੀ ਤਾਂ ਤੋੜੇ ਨਹੀਂ ਜਾਂਦੇ ਕਿ ਕੰਮਾਂ ਧੰਦਿਆਂ ਚਟਣੀ ਨੂੰ ਲਾਤਾ ਤੜਕਾ ਸਾਡੇ ਨਾ ਨਸੀ ਛੋਟੀਆਂ ਛੋਟੀਆਂ ਹੁੰਦੀਆਂ ਕੁਮਾਰੀਆਂ ਹੁੰਦੀਆਂ ਅਤੇ ਸਾਡੇ ਪਿੰਡ ਘਰ ਵੱਜਦੇ ਨੇ ਗਲੇ ਗਲੇ ਘਰ ਵੱਜਦੇ ਨੇ ਉਹ ਤਾਇਆ ਜੀ ਨਾ ਇੱਕ ਪੈਣ ਹੁੰਦੀ ਜਦੋਂ ਸਾਡੇ ਜਾਂ ਜੀਰੀ ਵੱਢਦੇ ਹੁੰਦੇ ਹੈ ਨਾ ਕਪੈਣ ਨਾਲ ਅਤੇ ਮੇਰੀ ਮੰਮੀ ਬੀਬੀ ਦਾ ਸੁਭਾਅ ਹੁੰਦਾ ਉਹ ਚਟਣੀ ਰਗੜ ਲਾਉਂਦੀ ਜਾਂ ਚਿੱਬੜਾਂ ਦੀ ਹੈ ਨਾ ਹਰੀ ਮਿਰਚ ਪਾ ਕੇ ਧਨੀਆ ਧੂਣੀਆਂ ਪਾ ਕੇ ਉਹ ਤਾਇਆ ਜੀ ਪਤਾ ਕੀ ਕਹਿੰਦੇ ਹੁਣ ਤਾਂ ਗੁਰਸਿੱਖ ਪਰਿਵਾਰ ਸੀ ਉਹ ਪਤਾ ਕੀ ਕਹਿਣਗੇ ਕੀ ਕਹਿੰਦੇ ਭਾਈ ਅੱਜ ਹਰਾ ਮੁਰਗਾ ਕਿ ਲਾਲ ਮੁਰਗਾ ਜੀ ਜੇ ਤਾਂ ਲਾਲ ਮਿਰਚ ਦੀ ਚਟਣੀ ਤਾਂ ਲਾਲ ਮੁਰਗਾ ਜੇ ਧਨੀਆ ਦੀ ਚਟਣੀ ਤਾਂ ਹਰਾ ਮੁਰਗਾ ਐਂ ਹੱਸਣ ਲੱਗ ਜਾਂਦੇ ਤਾਇਆ ਜੀ ਲਓ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਖਾਣ ਦੇ ਹਿਸਾਬ ਨਾਲ ਮਿਰਚਾਂ ਦੋ ਹਰੀਆਂ ਪਾ ਦੀਆਂ ਤੀਆਂ ਇੰਨੀ ਇੱਕ ਲਾਲ ਪਾ ਦਾਂਗੇ ਥੋੜ੍ਹਾ ਜਿਹਾ ਮੈਨੂੰ ਹੋਰ ਪਾ ਜਾਂਦਾ ਕਰਾਰੀ ਵੀ ਵਧੀਆ ਲੱਗਦੀ ਚਟਣੀ ਹੁਣ ਘਰ ਦੇ ਨੇ ਬੰਦ ਜੀਰਾ ਪਾ ਰਿਹਾ ਜਦੋਂ ਆਪਾਂ ਖਾਵਾਂਗੇ ਚਟਣੀ ਉਦੋਂ ਚਾਹੇ ਆਪਾਂ ਮੱਖਣੀ ਪਾ ਲਈਏ ਵਿੱਚ ਅਤੇ ਉਹਨਾਂ ਚਿਰ ਪਕਾਵਾਂਗੇ ਹੁਣ ਇਹਨੂੰ ਜਿਹੜਾ ਚਿਕ ਘਿਓ ਨਹੀਂ ਸੜਦੀ ਤੇਲ ਨਹੀਂ ਸੜਦੀ ਚਟਣੀ ਆਪਣੀ ਜੇ ਆਪਾਂ ਮੱਖਣੀ ਨਾਲ ਖਾ ਲਈਏ ਕਿਸੇ ਦੇਸੀ ਘਿਓ ਪਾ ਕੇ ਖਾ ਲਈਏ ਪਰੌਂਠੇ ਹੋ ਜਾਣਗੇ ਨਾਲ ਨੂੰ ਲੱਸੀ ਹੋ ਜੂ ਅਤੇ ਇਸ ਤਰ੍ਹਾਂ ਹਰੀ ਹਰੀ ਚਟਣੀ ਹੋ ਅਦਰਕ ਦੀ ਜਿਹੜਾ ਸਾਰਾ ਪਾਣੀ ਆਪਾਂ ਸੁਕਾ ਲਵਾਂਗੇ ਅਤੇ ਘਿਓ ਸਕਦਾ ਰੋੜੋ ਕੱਢ ਕੇ ਡੱਬੀ 'ਚ ਪਾ ਲਵਾਂਗੇ ਅਤੇ ਸਬਜ਼ੀ ਆਪਾਂ ਬਣਾਵਾਂਗੇ ਤੜਕੇ ਹੁਣ ਸਬਜ਼ੀ ਵੀ ਪਈ ਹੈ ਸਾਗ ਵੀ ਪਿਆ ਜਿਵੇਂ ਸਬਜ਼ੀ ਖਾਣੀ ਹੋਈ ਸਬਜ਼ੀ ਖਾ ਲੈਣਗੇ ਜਿਵੇਂ ਸਾਗ ਖਾਣਾ ਹੋਈ ਸਾਗ ਖਾ ਲਾਂਗੇ ਮਿਲਾਂਗੇ ਕੱਲ੍ਹ ਨੂੰ ਜੇਕਰ ਸਾਡੇ ਚੈਨਲ 'ਤੇ ਪਹਿਲੀ ਵਾਰ ਆਉਂ ਜੀ ਪਹਿਲੀ ਵਾਰ ਰਿਕੁਐਸਟ ਹੈਗੀ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਪਿਆਰਾ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰੋ ਮਿਲਾਂਗੇ ਕੱਲ੍ਹ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ 'ਚ ਇੰਨੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ